प्यारे दर्शको मैं ਤੁਹਾਡਾ ਆਪਣਾ ਬਨੋਦ ਫਕੀਰਾ YouTube ਚੈਨਲ ਬਨੋਦ ਫਕੀਰਾ ਦੇ ਉਤੇ ਦੋਸਤੀ ਦੀ ਪਰਵਾਸਾ ਨਾਮ ਦਾ ਲੇਖ ਲੈ ਕੇ ਅੱਜ ਜੀ ਸਾਨੂੰਕ ਪੇਸ਼ ਹੋਇਆ ਹਾਂ ਮਹਿੰਦਰ ਨੇ ਜਦ ਆਪਣੇ ਘਰੇ ਪਰਤਣਾ ਤਾਂ ਕਿ ਆਪਣੇ ਪੁੱਤਰ ਬੀਜੇ ਵਾਲੇ ਪੁੱਛਣਾ ਤੇ ਘਰ ਦੇ ਨਾਲ ਆਖਣਾ ਕਿ ਆਪਣੇ ਦੋਸਤਾਂ ਵੱਲ ਜਾਣ ਦਾ ਕਹਿ ਕੇ ਗਿਆ ਹੈ ਮਹਿੰਦਰ ਆਪਣੇ ਪੁੱਤਰ ਦੇ ਇਸ ਬਤੀਰੇ ਤੋਂ ਮਨੋਮਨੀ ਕਾਫੀ ਨਰਾਜ ਸੀ ਇੱਕ ਦਿਨ ਮਹਿੰਦਰ ਨੇ ਆਪਣੇ ਪੁੱਤਰ ਬੀਜੇ ਨੂੰ ਕੋਲ ਬਿਠਾ ਕੇ ਆਖਿਆ ਪੁੱਤਰ ਤੇਰੇ ਬਹੁਤ ਸਾਰੇ ਦੋਸਤ ਹਨ ਤੇ ਤੈਨੂੰ ਉਹਨਾਂ ਤੇ ਮਾਣ ਵੀ ਬਹੁਤ ਹੈ ਇਸ ਲਈ ਚਲੋ ਅੱਜ ਤੇਰੇ ਸਭ ਤੋਂ ਨਜ਼ਦੀਕੀ ਦੋਸਤ ਔਰ ਚੰਗੇ ਦੋਸਤ ਦੀ ਪਰਖ ਕਰਦੇ ਹਾਂ ਬੀਜੇ ਖੁਸ਼ੀ ਨਾਲ ਇਹ ਗੱਲ ਮੰਨ ਗਿਆ ਤੇ ਰਾਤ ਦੇ 2 ਵਜੇ ਉਸ ਦੇ ਨਜ਼ਦੀਕੀ ਦੋਸਤ ਨੇ ਘਰ ਜਾ ਕੇ ਦਰਵਾਜ਼ਾ ਖੜਕਾਇਆ ਤਾਂ ਉਸ ਨੇ ਦਰਵਾਜ਼ਾ ਨਹੀਂ ਖੋਲਿਆ ਬਾਰ-ਬਾਰ ਦਰਵਾਜ਼ਾ ਖੜਕਾਉਣ ਤੇ ਅੰਦਰੋਂ ਆਵਾਜ਼ ਆਈ ਕਿ ਮਾਂ ਕਹਿ ਦਿਓ ਕਿ ਮੈਂ ਕਰ ਨਹੀਂ ਹਾਂ ਇਹ ਆਵਾਜ਼ ਬਾਹਰ ਆ ਰਹੀ ਸੀ ਇਹ ਸੁਣ ਕੇ ਉਸ ਦਾ ਪੁੱਤਰ ਉਦਾਸ ਹੋ ਗਿਆ ਤੇ ਵਾਪਸ ਪਰਤ ਗਏ ਰਸਤੇ ਵਿੱਚ ਮਹਿੰਦਰ ਨੇ ਕਿਹਾ ਚੱਲ ਪੁੱਤਰ ਮੈਂ ਤੈਨੂੰ ਆਪਣੇ ਦੋਸਤਾਂ ਮਿਲਾਉਂਦਾ ਹਾਂ ਦੋਵੇਂ ਦੋਸਤੇ ਘਰ ਪਹੁੰਚ ਗਏ ਤਾਂ ਦਰਵਾਜ਼ਾ ਖੜਕਾਇਆ ਉੱਥੋਂ ਆਵਾਜ਼ ਆਇਆ ਆਵਾਜ਼ ਆਈ ਕਿ 2 ਮਿੰਟ ਰੁਕੋ ਮੈਂ ਦਰਵਾਜ਼ਾ ਖੋਲਦਾ ਹਾਂ ਜਦ ਦਰਵਾਜ਼ਾ ਖੋਲਿਆ ਤਾਂ ਉਸਦੇ ਦੋਸਤ ਦੇ ਇੱਕ ਹੱਥ ਵਿੱਚ ਪੈਸਿਆਂ ਦਾ ਥੈਲਾ ਸੀ ਤੇ ਦੂਜੇ ਹੱਥ ਵਿੱਚ ਤਲਵਾਰ ਸੀ ਮਹਿੰਦਰ ਨੇ ਉਸ ਨੂੰ ਦੇਖ ਕੇ ਪੁੱਛਿਆ ਦੋਸਤ ਇਹ ਕੀ ਹੈ ਤਾਂ ਉਸਨੇ ਕਿਹਾ ਕਿ ਜੇ ਮੇਰੇ ਦੋਸਤ ਨੇ ਰਾਤ ਦੇ 2 ਵਜੇ ਦਰਵਾਜ਼ਾ ਖੜਕਾਇਆ ਹੈ ਤਾਂ ਉਹ ਜ਼ਰੂਰ ਕਿਸੇ ਨਾ ਕਿਸੇ ਮੁਸੀਬਤ ਵਿੱਚ ਹੋਵੇਗਾ ਤੇ ਅਕਸਰ ਮੁਸੀਬਤ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਤਾਂ ਪੈਸਿਆਂ ਦੀ ਜ਼ਰੂਰਤ ਤੇ ਜਾਂ ਕਿਸੇ ਨਾਲ ਲੜਾਈ ਝਗੜਾ ਹੋਇਆ ਹੋਵੇ ਜੇ ਤੈਨੂੰ ਪੈਸਿਆਂ ਦੀ ਲੋੜ ਹੈ ਤਾਂ ਇਹ ਪੈਸਿਆਂ ਵਾਲਾ ਥੈਲਾ ਲੈ ਜਾ ਤੇ ਆਪਣੀ ਜ਼ਰੂਰਤ ਪੂਰੀ ਕਰ ਅਤੇ ਜੇ ਤੇਰਾ ਕਿਸੇ ਨਾਲ ਲੜਾਈ ਝਗੜਾ ਹੋ ਗਿਆ ਹੈ ਤਾਂ ਮੈਂ ਤਲਵਾਰ ਲੈ ਕੇ ਤੇਰੇ ਨਾਲ ਜਾਵਾਂਗਾ ਫਿਰ ਪਿਤਾ ਦੀਆਂ ਅੱਖਾਂ ਵਿੱਚ ਇਹ ਗੱਲ ਸੁਣ ਕੇ ਹੰਝੂ ਝੜਕ ਪਏ ਤੇ ਉਸ ਦਾ ਪੁੱਤਰ ਵੀ ਉਸ ਦੇ ਉਹ ਵਾਲਾ ਦੇਖ ਕੇ ਮਨੋਂ ਮਨੀ ਸ਼ਰਮਿੰਦਾ ਹੋ ਰਿਹਾ ਸੀ ਉਸ ਨੇ ਕਿਹਾ دوست ਮੈਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਮੈਂ ਤਾਂ ਆਪਣੇ ਪੁੱਤਰ ਨੂੰ ਦੋਸਤੀ ਦੀ ਪਰਵਾਸਾ ਸਮਝਾ ਰਿਹਾ ਸੀ ਇਸ ਲਈ دوست ਉਹ ਹੀ ਹੁੰਦਾ ਹੈ ਜੋ ਹਰੇਕ ਸਮੇਂ ਦੁੱਖ ਸੁੱਖ ਦੀ ਘੜੀ ਵਿੱਚ ਇਨਸਾਨ ਦੇ ਨਾਲ ਉਸ ਦੀ ਸਹਾਈ ਹੋਵੇ ਜੇ ਦੋਸਤੋ ਲਿਖ ਚੰਗਾ ਲੱਗਾ ਹੋਵੇ ਤਾਂ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਲਾਜ਼ਮੀ ਕਰਨਾ ਧੰਨਵਾਦ ਜੀ